ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਫੈਕਟ ਨਿਊਜ਼। ਮੈਂ ਤੁਹਾਡੇ ਨਾਲ ਮਨਪ੍ਰੀਤ ਸਿੰਘ ਔਲਖ। ਪ੍ਰੋਗਰਾਮ ਖਬਰਾਂ ਦੇ ਨਿਚੋੜ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਵਿਚਾਰ ਚਰਚਾ ਕਰਨ ਦੇ ਲਈ ਨਾਲ ਮੌਜੂਦ ਰਹਿਣਗੇ ਸੀਨੀਅਰ ਸਹਿਯੋਗੀ ਅਨਿਲ ਭਾਰਦਵਾਜ ਜੀ। ਸਰ, ਸਭ ਤੋਂ ਪਹਿਲਾ ਮੁੱਦਾ ਅੱਜ ਦੀ ਜੋ ਮੁੱਖ ਬ੍ਰੇਕਿੰਗ ਵੀ ਹੈ, ਭਗਵੰਤ ਮਾਨ ਹੋਰੀ DAP ਨੂੰ ਲੈ ਕੇ ਜਿਹੜਾ ਉਹ ਤੇਜ਼ ਹੋਏ ਨੇ, ਉਹ ਕਹਿੰਦੇ ਵੀ ਮੁਲਾਕਾਤ ਵੀ ਕਰਨਗੇ JP ਨੱਡਾ ਦੇ ਨਾਲ। ਕੀ ਕੁਝ ਰਹੇਗਾ ਮੁਲਾਕਾਤ ਦੇ ਵਿੱਚ, ਹੋਰ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਏਗੀ? ਦੇਖੋ, DAP ਨੂੰ ਲੈ ਕੇ ਕਮੀ ਨਾ ਰਹੇ ਕੋਈ ਨਾ, ਕਿਉਂਕਿ ਅੱਗੇ ਹੁਣ ਫਸਲ ਫਿਰ ਬਿਜਾਈ ਹੋਣੀ ਹੈ ਕਣਕ ਦੀ ਆਪਣੀ। ਖਾਸ ਕਰਕੇ ਪੰਜਾਬ ਜੇ ਆਪਾਂ ਗੱਲ ਕਰੀਏ ਤਾਂ ਕਣਕ ਦੀ ਬਿਜਾਈ ਦਾ ਸੀਜ਼ਨ ਜਿਹੜਾ ਹੈ ਹੁਣ ਝੋਨਾ ਓਵਰ ਹੋਣ ਵਾਲਾ ਸੀਜ਼ਨ, ਤੇ ਉਸ ਤੋਂ ਬਾਅਦ ਫਿਰ ਕਣਕ ਦੀ ਬਿਜਾਈ ਹੋਣੀ ਹੈ। ਕੋਈ ਕਿਸੇ ਕਿਸਮ ਦੀ ਕਿਸਾਨਾਂ ਨੂੰ ਸਮੱਸਿਆ ਨਾ ਆਵੇ, ਕਿਉਂਕਿ ਸਮੱਸਿਆ ਤਾਂ ਇਸ ਵਾਰ ਜਿਹੜਾ ਝੋਨੇ ਦੀ ਸੀਜ਼ਨ ਹੈਗਾ ਉਹ 'ਚ ਬੜੀ ਸਮੱਸਿਆ ਆਈ। ਹਾਲੇ ਤੱਕ ਵੀ ਮਤਲਬ ਲਿਫਟਿੰਗ ਦੀ ਦਿੱਕਤ ਆ ਰਹੀ ਹੈ, ਖਰੀਦ ਦੀ ਵੀ ਕਈ ਜਗ੍ਹਾ ਦਿੱਕਤ ਦੀਆਂ ਖਬਰਾਂ ਹੈਗੀਆਂ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਆਪਣੇ ਲੈਵਲ ਤੇ, ਸਟੇਟ ਗਵਰਨਮੈਂਟ, ਬਟ ਸੈਂਟਰ ਗਵਰਨਮੈਂਟ ਦੇ ਨਾਲ ਕੁਝ ਇਸ਼ੂਜ਼ ਰਿਲੇਟਡ ਹੈ ਜਿਹਨਾਂ ਕਰਕੇ ਇਹ ਦਿੱਕਤ ਆ ਰਹੀ ਹੈ। ਸੋ ਸਮੇਂ ਰਹਿੰਦੇ ਹੁਣ ਅੱਗੇ ਕੋਈ ਦਿੱਕਤ ਨਾ ਆਵੇ, ਕਿਤੇ DAP ਦੀ ਜਾਂ ਹੋਰ ਵੀ ਕੋਈ ਪ੍ਰੋਬਲਮ ਨਾ ਆਵੇ, ਉਹਨੂੰ ਲੈ ਕੇ ਖਾਸ ਤੌਰ ਤੇ ਅੱਜ ਮੁਲਾਕਾਤ ਜਿਹੜੀ ਹੈ, ਕੇਂਦਰੀ ਖਾਦ ਮੰਤਰੀ ਜਿਹੜੇ ਨੇ JP ਨੱਡਾ, ਉਹਨਾਂ ਨਾਲ ਮੁਲਾਕਾਤ ਹੋਣੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸ਼ਾਮ ਤੱਕ ਦੀ ਸ਼ਡਿਊਲਡ ਹੈ। ਹੁਣੇ ਜੋ ਖਬਰ ਹੈ ਕਿ ਥੋੜ੍ਹੀ ਦੇਰ ਬਾਅਦ ਉਹ ਆਪਣਾ ਦਾਣਾ ਮੰਡੀ ਚਮਕੌਰ ਸਾਹਿਬ ਦਾ ਦੌਰਾ ਵੀ ਕਰਨ ਜਾ ਰਹੇ ਹਾਂ, ਉੱਥੇ ਜਾ ਕੇ ਸਮੱਸਿਆਵਾਂ ਵੀ ਸੁਣਨਗੇ, ਖਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲੈਣਗੇ। ਸੋ ਕਿਸਾਨੀ ਦੇ ਇਸ਼ੂ ਨੂੰ ਲੈ ਕੇ ਇਸ ਵਕਤ ਐਕਸ਼ਨ ਮੋਡ 'ਚ ਪੰਜਾਬ ਸਰਕਾਰ ਜਿਹੜੀ ਹੈ ਉਹ ਕਾਫ਼ੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇੱਕ ਖਬਰ ਵੀ ਸਾਹਮਣੇ ਨਿਕਲ ਕੇ ਕਿ ਜੋ ਪੰਜਾਬ ਸਰਕਾਰ ਹੈ 452 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਦੇ ਵਿੱਚ ਕਨਵਰਟ ਕਰ ਰਹੀ। ਸਕੂਲ ਆਫ ਐਮੀਨੈਂਸ ਸੁਣਿਆ ਸੀ, ਸਕੂਲ ਆਫ ਹੈਪੀਨੈਸ ਕੀ ਹੋਏਗਾ? ਸਕੂਲ ਆਫ ਹੈਪੀਨੈਸ ਮਤਲਬ ਇਹ ਨਾ ਛੋਟੇ ਬੱਚਿਆਂ ਤੇ ਮੇਨਲੀ ਫੋਕਸ ਕਰਨ ਦੀ ਗੱਲ ਹੈਗੀ ਕਿ ਬੱਚੇ ਖੁਸ਼ਨੁਮਾ ਮਾਹੌਲ ਦੇ ਵਿੱਚ ਜਿਹੜਾ ਹੈਗਾ ਉੱਥੇ ਰਹਿਣ, ਕੋਈ ਟੈਨਸ਼ਨ ਨਾ ਕਿਸੇ ਕਿਸਮ ਦੀ ਹੋਵੇ, ਬੱਚਿਆਂ ਨੂੰ ਇੱਕ ਸਾਫ਼ ਸੁਥਰਾ ਚੰਗਾ ਬਿਲਕੁਲ ਸ਼ਾਂਤ ਵਾਤਾਵਰਣ ਮੁਹੱਈਆ ਕਰਵਾਉਣਾ, ਉਸ ਦੇ ਲਈ ਸਕੂਲ ਦੇ ਵਿੱਚ ਜਿੱਥੇ ਸਕੂਲ ਦੇ ਵਿੱਚ ਕੁਛ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰਾ ਕੀਤਾ ਜਾਏਗਾ। ਉਹਦੇ ਨਾਲ ਜਿਸ ਤਰ੍ਹਾਂ ਕਲਾਸਰੂਮ ਹੈਗੇ, ਕਲਾਸਰੂਮ ਦੇ ਵਿੱਚ ਮਤਲਬ ਵਧੀਆ ਤਰੀਕੇ ਦੇ ਕੁਛ ਪਿਕਚਰਸ ਇਹੋ ਜਿਹੀਆਂ ਬਣਾ ਦੇਣੀਆਂ, ਕੁਛ ਖੇਲਣ ਦਾ ਸਮਾਨ, ਕੁਛ ਐਂਟਰਟੇਨਮੈਂਟ ਦੇ ਸਾਧਨ, ਹੋਰ ਤਰੀਕੇ, ਉਹ ਮਤਲਬ ਸਾਰਾ ਕੁਛ ਕਿ ਬੱਚਿਆਂ ਨੂੰ ਇੱਕ ਐਸਾ ਮਾਹੌਲ ਮਿਲੇ ਕਿ ਉਹਨਾਂ ਨੂੰ ਬਰਡਨ ਨਾ ਲੱਗੇ। ਕਿਉਂਕਿ ਆਮ ਤੌਰ ਤੇ ਇਹੀ ਹੁੰਦਾ ਕਿ ਬੱਚੇ ਸਕੂਲ ਜਾਣ ਤੋਂ ਡਰਦੇ ਆ, ਕਿ ਜੇ ਸਕੂਲ ਨਹੀਂ ਆ, ਸਕੂਲ ਦੇ ਨਾਮ ਤੋਂ ਹੀ ਹੋ ਜਾਂਦਾ, ਬਟ ਇੱਦਾਂ ਦਾ ਮਾਹੌਲ ਬੱਚਿਆਂ ਨੂੰ ਮਤਲਬ ਬੱਚਿਆਂ ਦੀ ਰੁਚੀ ਬਣੇ ਕਿ ਅਸੀਂ ਉੱਥੇ ਜਾ ਕੇ ਮਤਲਬ ਪੜ੍ਹਾਈ ਨੂੰ ਉਹ ਇੱਦਾਂ ਨਾ ਲੈਣ ਵੀ ਕੋਈ ਬਹੁਤ ਜ਼ਿਆਦਾ ਉਹਨਾਂ 'ਤੇ ਬੋਝ ਪੈ ਗਿਆ, ਉਹਨੂੰ ਇੰਜੋਏ ਕਰਨਗੇ ਤਾਂ ਫਿਰ ਉਹ ਜਿਹੜਾ ਹੈ ਆਟੋਮੈਟਿਕਲੀ ਜਿਹੜਾ ਹੈਗਾ ਪੱਧਰ ਸਿੱਖਿਆ ਦਾ ਕਿਤੇ ਨਾ ਕਿਤੇ ਉੱਪਰ ਉੱਠੇਗਾ, ਬੱਚੇ ਅੱਗੇ ਮਤਲਬ ਹੋਰ ਵਧੀਆ ਟੀਚੇ ਜਿਹੜੇ ਉਹਨਾਂ ਨੂੰ ਹਾਸਲ ਕਰਨਗੇ। ਜਿਵੇਂ ਕੱਲ੍ਹ ਦੀ ਇਹ ਖਬਰ ਹੈ, ਸਾਡੇ ਪੰਜਾਬ ਦੇ ਨੌਜਵਾਨ ਨੇ ਪਹਿਲਾ ਰੈਂਕ ਹਾਸਲ ਕੀਤਾ NDA ਦੇ ਵਿੱਚ, ਜਿਹੜੀ NDA ਦੀ ਪ੍ਰੀਖਿਆ ਹੁੰਦੀ ਹੈ, ਜਿਸ ਤੋਂ ਬਾਅਦ ਫਿਰ ਫੌਜ ਦੇ ਵਿੱਚ ਵੱਡੇ ਅਫਸਰ ਬਣਦੇ ਆ। ਉਹਦੇ 'ਚ 15 ਸਟੂਡੈਂਟ ਸਾਡੇ ਟੋਟਲ ਕੈਡਿਟ ਜਿਹੜੇ ਹੈਗੇ ਉਹ ਚੁਣੇ ਗਏ ਆ। ਉਹਨਾਂ 'ਚ ਇੱਕ ਸਟੂਡੈਂਟ ਨੇ ਸਾਡੇ ਅਰਮਾਨਪ੍ਰੀਤ ਨੇ ਜਿਹੜਾ ਹੈਗਾ ਉਹਨੇ ਪਹਿਲਾ ਰੈਂਕ ਹਾਸਲ ਕੀਤਾ, ਇੱਕ ਨੇ 15ਵਾਂ ਕੀਤਾ, ਮਤਲਬ ਟੋਟਲ 15 ਆਪਣੇ ਚੁਣੇ ਗਏ। ਸੋ ਸਟਾਰਟਿੰਗ ਤੋਂ ਹੀ ਅਗਰ ਇਸ ਤਰ੍ਹਾਂ ਦੀ ਸ਼ੁਰੂਆਤ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਜੀ। ਜਿਵੇਂ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਇਲੈਕਸ਼ਨਸ ਨੂੰ ਲੈ ਕੇ, ਜਿਮਨੀ ਚੋਣਾਂ ਨੇ ਕੱਲ ਨੋਮੀਨੇਸ਼ਨ ਦੀ ਲਾਸਟ ਡੇਟ ਸੀਗੀ, ਸਾਰਿਆਂ ਨੇ ਭਰ ਦਿੱਤੇ, ਹੁਣ ਤੁਹਾਨੂੰ ਕਿਹੜੀ ਸੀਟ ਲੱਗਦੀ ਹੈ ਕਿ ਇਸ ਜਗ੍ਹਾ ਤੋਂ ਪੂਰਾ ਮੁਕਾਬਲਾ ਫਸਮਾਂ ਬਣ ਚੁੱਕਿਆ ਹੈ? ਹਾਂ ਬਿਲਕੁਲ, ਦੇਖੋ ਦੋ ਸੀਟਾਂ ਤੇ ਤਾਂ ਬਿਲਕੁਲ ਹੈਗਾ ਹੀ ਹੈ, ਮਤਲਬ ਤਿੰਨ ਤੇ ਹੀ ਲਾਓ ਆਪਾਂ ਹੁਣ, ਚੌਥੀ 'ਚ ਮਤਲਬ ਹੈ ਤਾਂ ਸਾਰੀਆਂ ਦੇ ਮੁਕਾਬਲਾ, ਬਟ ਜੋ ਇੰਟਰਸਟਿੰਗ ਜਿਹਨਾਂ ਤੇ ਲੋਕਾਂ ਦਾ ਜ਼ਿਆਦਾ ਧਿਆਨ ਹੈ ਉਹਦੇ 'ਚ ਦੇਖੋ, ਇੱਕ ਤਾਂ ਗਿੱਦੜਬਾਹਾ, ਪਹਿਲੀ ਗਿੱਦੜਬਾਹਾ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਬਿਲਕੁਲ ਫਸਮੀ ਟੱਕਰ ਹੈ। ਭਾਰਤੀ ਜਨਤਾ ਪਾਰਟੀ ਤੋਂ ਮਨਪ੍ਰੀਤ ਬਾਦਲ, ਅੰਮ੍ਰਿਤਾ ਵੜਿੰਗ ਕਾਂਗਰਸ ਤੋਂ, ਔਰ DP ਢਿੱਲੋਂ ਆਮ ਆਦਮੀ ਪਾਰਟੀ ਤੋਂ। DP ਢਿੱਲੋਂ ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀ, ਹੁਣ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਹੈ। ਮਨਪ੍ਰੀਤ ਬਾਦਲ ਪਹਿਲਾਂ ਕਾਂਗਰਸ 'ਚ ਗਏ, ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਹੈ, ਤੇ ਅੰਮ੍ਰਿਤਾ ਵੜਿੰਗ ਜਿਹੜੇ ਨੇ ਉਹ ਆਲਰੇਡੀ ਕਾਫੀ ਉੱਥੇ ਜਿਹੜਾ ਹੈ ਵਿਚਰਦੇ ਰਹੇ ਆ, ਉਹਨਾਂ ਦੇ ਪਖੇੜਾ ਮਜ਼ਬੂਤ ਮੰਨਿਆ ਜਾਂਦਾ। ਪਰ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਪਿੰਡ 'ਚੋਂ ਬਾਹਰ ਹੋਣਾ, ਇਹਦਾ ਇੱਕ ਅਲੱਗ ਅਸਰ ਜਿਹੜਾ ਹੈਗਾ ਉਹ ਖਾਸ ਕਰਕੇ ਗਿੱਦੜਬਾਹਾ 'ਚ ਜ਼ਰੂਰ ਦੇਖਣ ਨੂੰ ਮਿਲੇਗਾ, ਕਿਉਂਕਿ ਗਿੱਦੜਬਾਹਾ ਦੇ ਵਿੱਚ ਬਾਦਲ ਪਰਿਵਾਰ ਦਾ ਆਪਣੀ ਇੱਕ ਬੈਠ ਹੈ। ਪਰ ਇਸ ਵਾਰ ਸਿਰਫ ਮਨਪ੍ਰੀਤ ਬਾਦਲ ਨੇ ਜਿਹੜੇ ਬਾਦਲ ਪਰਿਵਾਰ 'ਚੋਂ ਉੱਥੇ ਇਲੈਕਸ਼ਨ ਲੜ ਰਹੇ ਹਾਂ। ਸੋ ਉਹ ਕਿੰਨਾ ਕੁ ਅਸਰ ਕਿਸ ਤਰੀਕੇ ਦਾ ਹੁੰਦਾ ਉਹ ਡਿਵੈਲਪਮੈਂਟ ਦੇਖਣੀ ਪਏਗੀ। ਦੂਸਰਾ ਬਰਨਾਲੇ ਦੀ ਆਪਾਂ ਗੱਲ ਕਰ ਲਈਏ, ਬਰਨਾਲਾ 'ਚ ਗੁਰਮੀਤ ਸਿੰਘ ਮੀਥੀਅਰ ਪੰਜਾਬ ਦੇ ਸਾਬਕਾ ਮੰਤਰੀ, ਹੁਣ ਉਹ MP ਹੈ ਸੰਗਰੂਰ ਤੋਂ, ਉਹਨਾਂ ਦੇ MP ਬਣਨ ਤੋਂ ਬਾਅਦ ਸੀਟ ਖਾਲੀ ਹੋਈ ਹੈ, ਔਰ ਉੱਥੇ ਆਮ ਆਦਮੀ ਪਾਰਟੀ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਮੈਦਾਨ 'ਚ ਉਤਾਰਿਆ, ਨਜ਼ਦੀਕੀ ਹੈ ਮੀਥੇਰ ਦੇ। ਇਸ ਤੋਂ ਇਲਾਵਾ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ,
ਤੇ ਇਸੇ ਤਰੀਕੇ ਕੁਲਦੀਪ ਸਿੰਘ ਢਿੱਲੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਹੈ ਇਹਨਾਂ ਦਾ ਵੀ ਆਪਣੇ ਆਪਣਾ ਇੱਕ ਅਸਰ ਰਸੂਖ ਜਿਹੜਾ ਹੈਗਾ ਹਲਕੇ ਦੇ ਵਿੱਚ ਹੈਗਾ ਇਸ ਤੋਂ ਅੱਗੇ ਆਪਾਂ ਗੱਲ ਕਰ ਲਈਏ ਡੇਰਾ ਬਾਬਾ ਨਾਨਕ ਇਹ ਵੀ ਬਹੁਤ ਫਸਮੀ ਸੀਟ ਹੈ ਡੇਰਾ ਬਾਬਾ ਨਾਨਕ ਤੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਪਤਨੀ ਉੱਥੋਂ ਚੋਣ ਮੈਦਾਨ 'ਚ ਹੈ ਭਾਰਤੀ ਜਨਤਾ ਪਾਰਟੀ ਦਾ ਵੀ ਕਾਲ ਨੂੰ ਉਤਾਰਿਆ ਤੇ ਆਮ ਆਦਮੀ ਪਾਰਟੀ ਨੇ ਆਪਣੇ ਪੁਰਾਣੇ ਲੀਡਰ ਰੰਧਾਵਾ ਉਹਨਾਂ ਨੂੰ ਉੱਥੋਂ ਉਤਾਰਿਆ ਸੋ ਉੱਥੇ ਵੀ ਮਤਲਬ ਉਹ ਵੀ ਸੀਟ ਇੱਕ ਕਿਉਂਕਿ ਕਈ ਵਾਰ ਉੱਥੋਂ ਸੁਖਜਿੰਦਰ ਰੰਧਾਵਾ ਜਿਹੜੇ ਆ ਜੇਤੂ ਰਹੇ ਆ ਔਰ ਉਹਨਾਂ ਦਾ ਵੀ ਇਹ ਗੜ ਮੰਨੀ ਜਾਂਦੀ ਹੈ ਦੇਖਣਾ ਹੋਏਗਾ ਇਸ ਵਾਰ ਉੱਥੇ ਕੀ ਸੀਨ ਰਹਿੰਦਾ ਕਿਉਂਕਿ ਰਵੀਕਰਨ ਕਾਲੋਂ ਜਿਹੜੇ ਆ ਪਿਛਲੀ ਵਾਰੀ ਜਿਹੜਾ 2022 ਦਾ ਇਲੈਕਸ਼ਨ ਹੋਇਆ ਉਹਦੇ 'ਚ ਕੋਈ 450 ਵੋਟ ਦੇ ਫਰਕ ਨਾਲ ਹਾਰੇ ਸੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਉਸ ਟਾਈਮ ਅਕਾਲੀ ਦਲ ਸੀਗੇ ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਹੈ ਇਹਦਾ ਫਰਕ ਕੀ ਰਹਿੰਦਾ ਕਿਉਂਕਿ ਅਕਾਲੀ ਦਲ ਲੜ ਨਹੀਂ ਰਿਹਾ ਸੋ ਉਹਦਾ ਕੀ ਇੰਪੈਕਟ ਉੱਥੇ ਵੀ ਇਹ ਦੇਖਣਾ ਪਏਗਾ ਤੇ ਉਸ ਤੋਂ ਅੱਗੇ ਆਪਾਂ ਗੱਲ ਕਰ ਲਈਏ ਚੱਬੇਵਾਲ ਦੀ ਤਾਂ ਚੱਬੇਵਾਲ ਦੇ ਵਿੱਚ ਵੀ ਜਿਹੜਾ ਮੁਕਾਬਲਾ ਹੈਗਾ ਉਹ ਡਾਕਟਰ ਰਾਜਕੁਮਾਰ ਵੇਰਕਾ ਦੇ ਸਪੁੱਤਰ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਕਾਂਗਰਸ ਤੋਂ ਰਣਜੀਤ ਕੁਮਾਰ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਸੋਹਣ ਸਿੰਘ ਠੰਡਲ ਹੈ ਜਿਹੜੇ ਕਿ ਹਾਲ ਹੀ 'ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਹਨ ਸੋ ਮੁਕਾਬਲਾ ਹਰ ਸੀਟ ਤੇ ਬਟ ਜਿਹੜੀਆਂ ਨਜ਼ਰਾਂ ਲੱਗੀਆਂ ਹੋਈਆਂ ਉਹ ਜ਼ਿਆਦਾਤਰ ਡੇਰਾ ਬਾਬਾ ਨਾਨਕ ਗਿੱਦੜਬਾਹਾ ਤੇ ਬਰਨਾਲਾ ਜੀ ਬਿਲਕੁਲ ਇਸ ਤੋਂ ਇਲਾਵਾ ਪੂਰੇ ਦੇਸ਼ ਦੇ ਵਿੱਚ ਤਿਉਹਾਰਾਂ ਦਾ ਵੀ ਮੌਸਮ ਚੱਲ ਰਿਹਾ ਤਿਉਹਾਰ ਵੀ ਲਗਾਤਾਰ ਹੈ ਇਸ ਕਰਕੇ ਸਰਕਾਰ ਨੇ ਪੈਨਸ਼ਨਾਂ ਨੂੰ ਲੈ ਕੇ ਵੀ ਜਿਹੜਾ ਉਹ ਤੋਹਫਾ ਦਿੱਤਾ ਹੈ ਵੀ ਇਸ ਵਾਰ ਨਵੰਬਰ ਮਹੀਨੇ ਦੀ ਪੈਨਸ਼ਨ ਅਕਤੂਬਰ 'ਚ ਹੀ ਮਿਲ ਜਾਵੇਗੀ 20% ਵਾਧਾ ਹਾਂ ਬਿਲਕੁਲ ਹਾਂ ਵਾਧੇ ਦੇ ਨਾਲ ਇਹ ਵੀ ਹੈਗਾ ਤੇ ਇਹਦੇ ਨਾਲ ਨਾਲ DAB ਜਿਹੜਾ ਹੈ ਵਧਾਇਆ ਉਹਨਾਂ ਨੇ ਸੋ ਇਹਦੇ ਵਿੱਚ ਮਤਲਬ ਕਾਫੀ ਫਾਇਦੇਮੰਦ ਹੈ ਵੱਖ ਵੱਖ ਸਰਕਾਰਾਂ ਵੱਲੋਂ ਵੀ ਇਹ ਐਲਾਨ ਆ ਰਹੇ ਹਨ ਸਟੇਟ ਗਵਰਨਮੈਂਟਸ ਵੱਲੋਂ ਵੀ ਆ ਰਹੇ ਹਨ ਸੋ ਕਾਫੀ ਚੰਗੀ ਖਬਰ ਹੈ ਤਿਉਹਾਰ ਬਿਲਕੁਲ ਹੁਣ ਤਾਂ ਦੀਵਾਲੀ ਆ ਹੀ ਗਈ ਤੇ ਉਡੀਕ ਰਹਿੰਦੀ ਹੈ ਪੈਨਸ਼ਨਰਾਂ ਨੂੰ ਜਾਂ ਇੰਪਲਾਈਜ਼ ਨੂੰ ਸਰਕਾਰੀ ਕਿ ਛੇਤੀ ਤਨਖਾਹ ਪੈ ਜਾਵੇ ਛੇਤੀ ਪੈਨਸ਼ਨ ਆ ਜਾਵੇ DA ਵੱਧ ਜਾਵੇ ਸੋ ਉਹ ਤੋਹਫੇ ਜਿਹੜੇ ਸਰਕਾਰ ਵੱਲੋਂ ਦਿੱਤੇ ਗਏ ਜੀ ਸ਼ੁਕਰੀਆ ਤਾਂ ਇਹ ਖਬਰਾਂ ਦੇ ਨਿਚੋੜ ਦੇ ਵਿੱਚ ਗੱਲਬਾਤ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਜੁੜੇ ਰਹਿਣਾ ਦਾ ਫੈਕਟ ਨਿਊਜ਼ ਦੇ ਨਾਲ।